ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸਾਰਿਆਂ ਦਾ ਸਵਾਗਤ ਕਰ ਰਹਾ ਹਾਂ ਤੁਹਾਡੇ ਆਪਣੇ ਬਿਰਲਾ ਕਲਾਸਿਕ ਦੇ ਵਿੱਚ। ਅੱਜ ਇੱਕ ਫੁੱਲ ਰਿਵਿਊ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ। ਬਹੁਤ ਟਾਈਮ ਬਾਅਦ ਲੈ ਕੇ ਆਏ ਹਾਂ, ਪਰ ਦਰਸ਼ਕਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿ ਇੱਕ ਵਾਰ ਫੁੱਲ ਸਟਾਕ ਵੀਡੀਓ ਬਣਾਈਏ। ਅੱਜ ਮੈਂ ਜਿਹੜੀ ਵੀਡੀਓ ਬਣਾਉਣ ਲੱਗਾ, ਕੋਸ਼ਿਸ਼ ਕਰੂੰਗਾ ਕਿ ਛੋਟੇ ਬਜਟ ਤੋਂ ਲੈ ਕੇ ਵੱਡੇ ਬਜਟ ਦੇ ਵਿੱਚ ਜਿਹੜੀਆਂ ਵੀ ਤੁਹਾਨੂੰ ਕਾਰਾਂ ਦਈਏ ਬਹੁਤ ਹੀ ਜ਼ਿਆਦਾ ਜਾਇਜ਼ ਰੇਟ 'ਤੇ। ਜਿਵੇਂ ਕਿ ਤੁਹਾਨੂੰ ਪਤਾ, ਬਿਰਲਾ ਕਲਾਸਿਕ ਨਾ ਹੀ ਪਹਿਲਾਂ ਤਾਂ ਇਹ ਦੱਸ ਦੇਣਾ ਕਿ ਨਾ ਹੀ ਅਸੀਂ ਕੋਈ ਕਮਿਸ਼ਨ ਲੈਂਦੇ ਹਾਂ, ਨਾ ਹੀ ਕੋਈ ਆਰਸੀ ਟ੍ਰਾਂਸਫਰ ਦੇ, ਕੋਈ ਵੀ ਹਿਡਨ ਚਾਰਜਸ ਲੈਂਦੇ ਹਾਂ। ਇਹ ਨਹੀਂ ਹੁੰਦਾ ਕਿ ਡੀਲ ਹੋਣ ਤੋਂ ਬਾਅਦ ਕੋਈ ਐਕਸਟਰਾ ਚਾਰਜਸ ਹੋ ਜਾਂਦਾ। ਬਾਕੀ ਜਿਹੜੇ ਸਾਡੇ ਰੇਟ ਨੇ ਉਹ ਇੱਕ ਵਾਰ ਜ਼ਰੂਰ ਟਰਾਈ ਕਰਿਓ ਮਾਰਕੀਟ ਦੇ ਰੇਟਾਂ ਤੋਂ, ਜੋ ਬਿਲਕੁਲ ਜਾਇਜ਼ ਹੋਣਗੇ। ਬਾਕੀ ਜਿਹੜੀਆਂ ਸਾਡੀਆਂ ਕਾਰਾਂ ਹੋਣਗੀਆਂ ਵਿਦ ਰਿਟਰਨ ਗਰੰਟੀ ਦਿੱਤੀ ਜਾਊਗੀ, ਜਿੰਨੇ ਕਿਲੋਮੀਟਰ 'ਤੇ ਆ ਜਾਂ ਜੋ ਕੁਛ ਪੇਂਟ ਵੀ ਆ, ਜੇ ਸਿੰਗਲ ਪੀਸ ਵੀ ਪੇਂਟ ਆ ਤਾਂ ਤੁਹਾਨੂੰ ਸਿੰਗਲ ਪੀਸ ਵੀ ਪੇਂਟ ਕਰ ਦੱਸ ਕੇ ਦੇਵਾਂਗੇ। ਬਾਕੀ ਥੋੜ੍ਹਾ ਮੈਂ ਆਪਣੇ ਬਾਰੇ ਦੱਸ ਦੇਵਾਂ ਜੀ, ਸਾਡਾ ਕਿਹੜਾ ਕਾਰ ਵਿਆਰਾ ਬਿਰਲਾ ਕਲਾਸਿਕ ਲੁਧਿਆਣਾ ਹੈ, ਸਾਡੇ ਲੁਧਿਆਣੇ ਪੰਜਾਬ ਦੇ ਵਿੱਚ ਲੁਧਿਆਣੇ ਕਾਰ ਵਿਆਰਾ ਜੀ। ਇੱਥੇ ਜਿਹੜੇ ਸਾਡੇ ਕਾਰਾਂ ਵੇਚਦੇ ਹਾਂ ਜੀ, ਜੈਨੂਨ ਕਾਰਾਂ ਹੁੰਦੀਆਂ ਨੇ, ਓਰੀਜਨਲ ਪੰਜਾਬ ਨੰਬਰ ਹੁੰਦੀਆਂ ਨੇ, ਕੋਈ ਰਿਟੇਨ ਨੰਬਰ ਨਹੀਂ ਹੁੰਦੀ। ਰਿਟੇਨ ਨੰਬਰ ਉਹ ਹੁੰਦੀਆਂ ਨੇ ਜਿਹੜੀਆਂ ਦਿੱਲੀ ਤੋਂ ਜਾਂ ਬੰਬੇ ਤੋਂ ਜਾਂ ਕਿਤੇ ਆਊਟ ਆਫ ਸਟੇਟ ਤੋਂ ਲਿਆ ਕੇ ਇੱਥੇ ਨੰਬਰ ਦੁਬਾਰਾ ਤੋਂ ਰਿਪਲੇਸ ਹੋ ਜਾਂਦੇ ਨੇ, ਪੰਜਾਬ ਨੰਬਰ ਲੱਗ ਜਾਂਦੇ ਨੇ। ਸਾਡੇ ਕੋਲ ਉਹ ਵੀ ਕਾਰਾਂ ਨਹੀਂ ਹੁੰਦੀਆਂ, ਜਿਹੜੀਆਂ ਕਾਰਾਂ ਹੋਣਗੀਆਂ ਜੈਨੂਨ ਓਰੀਜਨਲ ਪੰਜਾਬ ਨੰਬਰ ਹੀ ਕਾਰਾਂ ਹੋਣਗੀਆਂ, ਅਤੇ ਕੋਈ ਐਕਸੀਡੈਂਟ ਨਹੀਂ ਹੋਊਗੀ। ਬਾਕੀ ਤੁਹਾਨੂੰ ਨਾਲ ਦੀ ਨਾਲ ਮੈਂ ਵੀਡੀਓ ਦੇ ਵਿੱਚ ਸਾਰੀਆਂ ਕਾਰਾਂ ਦੀ ਡਿਟੇਲ ਵੀ ਦੱਸਦਾ ਰਹੂੰਗਾ। ਅਤੇ ਸ਼ੁਰੂਆਤ ਕਰਦੇ ਹਾਂ ਆਪਾਂ XUV 300 ਤੋਂ। ਤੇ ਭਾਈ, ਅਗਰ XUV 300 ਦੀ ਗੱਲ ਕਰੀਏ, ਕਿੰਨਾ ਮਾਡਲ ਆਪਣੇ ਕੋਲ? ਇਹ XUV 300 ਹੈਗੀ ਹੈ ਜੀ, 2021 ਮਾਡਲ। ਠੀਕ ਹੈ ਜੀ। W8 ਆਪਸ਼ਨਲ ਆ। ਠੀਕ ਹੈ ਜੀ। W8 ਆਪਸ਼ਨਲ ਦੇ ਵਿੱਚ ਸਨਰੂਫ ਆ ਜਾਂਦਾ, 10 ਏਅਰ ਬੈਗਸ ਆ ਜਾਂਦੇ ਨੇ, ਕੰਪਨੀ ਫਿਟਡ ਸਟੀਰੀਓ ਵਗੈਰਾ, 2 ਏਅਰ ਬੈਗਸ, DRL, ਅੰਦਰੋਂ ਲੈਦਰ ਸੀਟਸ ਕਵਰ ਆ ਜਾਂਦੇ ਨੇ। ਮੀਨਸ ਸਭ ਤੋਂ ਟਾਪ ਐਂਡ ਮਾਡਲ ਜਿਹੜਾ ਆ ਜਾਂਦਾ, ਸਭ ਤੋਂ ਟਾਪ ਮਾਡਲ ਆ ਜਾਂਦਾ, W8 ਆਪਸ਼ਨਲ ਆ ਜਾਂਦਾ। ਇਹ ਉਹ ਮਾਡਲ ਆ 2021 ਮਾਡਲ ਦਾ, ਫਸਟ ਆਉਂਦਾ ਆ, ਫੁੱਲ ਇੰਸ਼ੋਰੈਂਸ ਆ। ਕਿਲੋਮੀਟਰ ਦੀ ਗੱਲ ਕੀਤੀ ਜਾਵੇ ਤਾਂ ਅਪਰੋਕਸੀਮੇਟਲੀ 90,000 ਦੀ ਨੀਅਰ ਅਬਾਊਟ ਕਾਰ ਚੱਲੀ ਹੋਈ ਹੈ। ਠੀਕ ਹੈ ਭਾਈ। ਹਾਂਜੀ। ਤੇ ਅਗਰ ਭਾਈ ਡਿਮਾਂਡ ਦੀ ਗੱਲ ਕਰੀਏ, ਡਿਮਾਂਡ ਕੀ ਭਾਈ ਹੈ ਜਿੱਥੇ? ਇਹ ਸਿਰਫ ਤੇ ਸਿਰਫ ਇਹ ਕਾਰ ਜਿਹੜੀ ਅੱਜ ਦੇ ਰਹੇ ਹਾਂ ਜੀ, 10 ਲੱਖ ਤੇ 25,000 ਦੇ ਵਿੱਚ, ਟੌਪ ਮਾਡਲ 21 ਮਾਡਲ ਕਾਰ, ਇੱਕ ਹਿਸਾਬ ਦੀ ਕਰੇਟਾ ਤੋਂ ਬਰੀਜ਼ਾ ਤੋਂ ਵੀ ਸਸਤੀ ਕਾਰ ਤੁਹਾਨੂੰ 10 ਲੱਖ ਤੇ 25,000 ਦੇ ਵਿੱਚ। ਠੀਕ ਹੈ ਜੀ। ਤੇ ਨੈਕਸਟ ਭਾਈ ਕਾਰ ਦੀ ਗੱਲ ਕਰੀਏ, ਨੈਕਸਟ ਆਪਣੇ ਕਿਹੜਾ ਮਾਡਲ ਆ ਗਿਆ ਜੀ ਗੱਡੀ ਦਾ? ਇਹ ਵੀ XUV 300 ਹੀ ਆ। ਠੀਕ ਹੈ ਜੀ। ਇਹ ਵੀ W8 ਆਪਸ਼ਨ ਵਾਲੀ ਆ, ਇਹ ਵੀ ਡੀਜ਼ਲ ਦੇ ਵਿੱਚ ਹੀ ਆ, ਇਹ ਵੀ ਵਾਈਟ ਕਲਰ ਦੇ ਵਿੱਚ ਆ। ਇਹ ਲੁਧਿਆਣਾ ਨੰਬਰ ਆ, ਉਹ ਪਟਿਆਲਾ ਨੰਬਰ ਸੀ। ਠੀਕ ਹੈ। ਇਹ ਜਿਹੜੀ ਆ ਇਹ 19 ਮਾਡਲ ਆ, ਇਹ 19 ਮਾਡਲ ਤੁਹਾਨੂੰ ਬਰੀਜ਼ਾ ਤੋਂ ਵੀ ਸਸਤੀ ਦੇਵਾਂਗੇ। ਠੀਕ ਹੈ। ਹਾਲਾਂਕਿ 19 ਮਾਡਲ ਬਰੀਜ਼ਾ ਜਿਹੜੀ ਟੌਪ ਮਾਡਲ ਆ ਉਹ ਤਕਰੀਬਨ ਚਲੀ ਜਾਂਦੀ ਆ ਕੋਈ 9 ਦੇ ਨੀਅਰ ਅਬਾਊਟ। ਇਹ ਜਿਹੜੀ ਅੱਜ ਤੁਹਾਨੂੰ ਕਾਰ ਦੇ ਰਹੇ ਹਾਂ ਜੀ, ਸਿਰਫ ਤੇ ਸਿਰਫ 8.5 ਲੱਖ ਰੁਪਏ ਦੇ ਵਿੱਚ, ਬਰੀਜ਼ਾ ਤੋਂ ਵੀ ਸਸਤੀ ਕਾਰ ਵਿਦ ਸਨਰੂਫ, 10 ਏਅਰ ਬੈਗ, ਸਭ ਤੋਂ ਟੌਪ ਮਾਡਲ। ਇਹ ਵੀ ਅਪਰੋਕਸੀਮੇਟਲੀ 1 ਲੱਖ ਕਿਲੋਮੀਟਰ ਦੇ ਨੀਅਰ ਅਬਾਊਟ ਕਾਰ। ਠੀਕ ਹੈ ਜੀ। ਤੇ ਨੈਕਸਟ ਬਾਈ ਕਰੇਟਾ ਦੀ ਗੱਲ ਕਰੀਏ, ਕਰੇਟਾ ਆਪਣੇ ਕਿੰਨਾ ਮਾਡਲ ਆ ਗਈ? ਕਰੇਟਾ ਇਹ ਆ ਜਾਂਦੀ ਹੈ 2019 ਮਾਡਲ, ਦਸੰਬਰ ਦੀ ਕਾਰ ਹੈ ਜੀ, ਫਸਟ ਓਨਰ ਆ, ਫੁੱਲ ਇੰਸ਼ੋਰੈਂਸ ਆ, ਟਾਈਪ 2 ਦੇ ਵਿੱਚ ਆ ਜਾਂਦੀ ਹੈ, 1.4 ਇੰਜਨ ਆ ਜਾਂਦਾ। ਠੀਕ ਹੈ ਜੀ। ਟਾਈਪ 2 ਦੇ ਵਿੱਚ ਜਾਲੀ ਜਿਹੜੀ ਆ ਜਾਂਦੀ ਹੈ ਵੱਡੀ ਆ ਜਾਂਦੀ ਆ, ਫਰੰਟ ਲੁੱਕ ਚੇਂਜ ਹੋ ਜਾਂਦੀ ਹੈ, ਥੋੜਾ ਬਹੁਤ ਅੰਦਰੋਂ ਵੀ ਫਰਕ ਹੈਗਾ ਵਾ। ਬਾਕੀ 2 ਏਅਰ ਬੈਗਸ ਆ ਜਾਂਦੇ ਨੇ, ਟੌਪ ਮਾਡਲ ਕਾਰ, 1.4 ਦੇ ਵਿੱਚ ਇਹ ਟੌਪ ਮਾਡਲ ਆ ਜਾਂਦੀ ਆ, ਅਲੋਏ ਟਾਇਰ ਐਕਸਟਰਾ ਨੇ, ਤੇ ਬਹੁਤ ਹੀ ਜ਼ਿਆਦਾ ਨਵੀਂ ਕਾਰ ਆ। ਚੱਲੀ ਇਹ ਸਿਰਫ ਤੇ ਸਿਰਫ 90,000 ਕਿਲੋਮੀਟਰ ਕਾਰ ਚੱਲੀ ਹੋਈ ਆ। ਇੰਟੀਰੀਅਰ ਵਾਈਜ਼ ਬਹੁਤ ਨਵੀਂ ਕਾਰ ਆ। ਇਹ ਵੀ ਜਿਹੜੀ ਅੱਜ ਕਾਰ ਆ ਤੁਹਾਨੂੰ ਬਹੁਤ ਹੀ ਜ਼ਿਆਦਾ ਜਾਇਜ਼ ਰੇਟ ਤੇ, ਸਿਰਫ ਤੇ ਸਿਰਫ ਇਹ ਤੁਹਾਨੂੰ ਕਾਰ ਦਵਾਂਗੇ ਅੱਜ 9.5 ਲੱਖ ਰੁਪਏ ਦੇ ਵਿੱਚ। ਠੀਕ ਹੈ ਜੀ। ਨੈਕਸਟ ਬਾਈ ਇਕੋ ਸਪੋਰਟ ਦੀ ਗੱਲ ਕਰੀ, ਇਕੋ ਸਪੋਰਟ ਆਪਣੇ ਕਿੰਨਾ ਮਾਡਲ ਆ ਗਈ? ਇਕੋ ਸਪੋਰਟ ਇਹ ਆ ਜੀ ਪੈਟਰੋਲ ਦੇ ਵਿੱਚ, ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆ। ਠੀਕ ਹੈ ਜੀ। CVT ਟੈਕਨੋਲੋਜੀ ਆ ਜਾਂਦੀ ਹੈ, CVT ਟੈਕਨੋਲੋਜੀ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਲੇਟੈਸਟ ਟੈਕਨੋਲੋਜੀ ਆ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ, ਜਿਹਦੇ ਵਿੱਚ ਟੋਇਟਾ, MG ਹੈਕਟਰ ਜਾਂ ਜਿਹੜੀਆਂ ਵਧੀਆ ਵਧੀਆ ਕੰਪਨੀਆਂ ਨੇ ਉਹ CVT ਟੈਕਨੋਲੋਜੀ ਯੂਜ਼ ਕਰਦੀਆਂ ਨੇ, ਜਿਹਦੇ ਵਿੱਚ ਕੋਈ ਜਰਕ ਨਹੀਂ ਹੁੰਦਾ, ਕੋਈ ਪਤਾ ਨਹੀਂ ਚੱਲਦਾ ਕਿ ਜਦੋਂ ਟਰਾਂਸਮਿਸ਼ਨ ਚੇਂਜ ਹੁੰਦਾ, ਕੋਈ ਮਹਿਸੂਸ ਨਹੀਂ ਹੁੰਦਾ। ਤੇ ਉਹ ਟੈਕਨੋਲੋਜੀ ਆ CVT ਟੈਕਨੋਲੋਜੀ ਆ। ਫੋਰਡ ਇਕੋਸਪੋਰਟ 2015 ਮਾਡਲ, ਦਸੰਬਰ ਦੀ ਕਾਰ, ਇਹ ਵੀ ਫਸਟ ਓਨਰ ਆ। ਇਹ ਵੀ ਜਿਹੜੀ ਅੱਜ ਕਾਰ ਆਟੋਮੈਟਿਕ ਦੇ ਰਹੇ ਹਾਂ ਜੀ, ਬਹੁਤ ਹੀ ਜ਼ਿਆਦਾ ਜਾਇਜ਼ ਰੇਟ ਤੇ, ਸਿਰਫ 5.5 ਲੱਖ ਰੁਪਏ ਦੇ ਵਿੱਚ। ਠੀਕ ਹੈ ਜੀ। ਕੰਡੀਸ਼ਨ ਅਕੋਰਡਿੰਗ ਦੇਖ ਲਓ, ਕਾਫੀ ਵਧੀਆ ਕਾਰ ਆ, ਬਹੁਤ ਸੋਹਣੀ ਕਾਰ ਆ ਜੀ, ਗ੍ਰੇ ਕਲਰ ਦੇ ਵਿੱਚ ਆ, ਇੰਗਲਿਸ਼ ਕਲਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵਧੀਆ ਕਾਰ ਆ ਜੀ। ਤੇ ਨੈਕਸਟ ਬਾਈ ਇੱਕ ਹੋਰ ਕਰੇਟਾ ਆ ਗਈ, ਇਹ ਕਿੰਨਾ ਮਾਡਲ ਹੈ? ਇਹ ਵੀ ਆਟੋਮੈਟਿਕ ਕਰੇਟਾ ਜੀ। ਠੀਕ ਹੈ ਜੀ। APB 08 ਜਲੰਧਰ ਦਾ ਨੰਬਰ, ਨੰਬਰ ਵੀ ਬਹੁਤ ਸੋਹਣਾ, 7869 ਨੰਬਰ ਸੋਹਣਾ ਵਾ, ਪੇਡ ਨੰਬਰ ਆ ਜਾਂਦਾ ਇਹਦੇ ਵਿੱਚ। ਇਹ 2018 ਮਾਡਲ ਆ, ਇਹ ਵੀ ਟਾਈਪ 2 ਦੇ ਵਿੱਚ ਆ, ਵੱਡੀ ਜਾਲੀ ਆ ਜਾਂਦੀ ਆ। ਠੀਕ ਹੈ ਜੀ। ਤੇ ਇਹ ਪਰ ਹੈਗੀ ਟੌਪ ਮਾਡਲ ਆ, ਟੌਪ ਮਾਡਲ ਦੇ ਵਿੱਚ ਪ੍ਰੋਜੈਕਟਰ ਹੈੱਡਲਾਈਟਸ ਆ ਜਾਂਦੀਆਂ ਨੇ ਤੇ DRL ਆ ਜਾਂਦੀਆਂ ਨੇ। ਇਹ ਤੇ ਟੌਪ ਮਾਡਲ ਦੀ ਖਾਸੀਅਤ ਆ। ਬਾਕੀ ਸਟੀਅਰਿੰਗ ਕੰਟਰੋਲ, ਕਰੂਜ਼ ਕੰਟਰੋਲ, ਪੁਸ਼ ਬਟਨ ਸਟਾਰਟ ਵਿਦ ਸਨਰੂਫ ਤੇ ਆਟੋਮੈਟਿਕ ਟਰਾਂਸਮਿਸ਼ਨ, ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਜੀ। ਇੰਟੀਰੀਅਰ ਵਾਈਜ਼ ਤੁਸੀਂ ਦੇਖ ਸਕਦੇ ਹੋ, ਬਹੁਤ ਨਵੀਂ ਕਾਰ ਆ ਜੀ। ਇਹ ਵੀ ਫਸਟ ਓਨਰ ਕਾਰ ਆ, ਫੁੱਲ ਇੰਸ਼ੋਰੈਂਸ ਕਾਰ ਆ। ਇਹ ਵੀ ਤੁਹਾਨੂੰ ਮਾਰਕੀਟ ਤੋਂ ਬਹੁਤ ਹੀ ਜ਼ਿਆਦਾ ਜਾਇਜ਼ ਰੇਟ ਤੇ, ਸਿਰਫ ਤੇ ਸਿਰਫ 10 ਲੱਖ ਤੇ 70,000 ਦੇ ਵਿੱਚ, ਮਾਰਕੀਟ ਦੇ ਵਿੱਚ 12.5-12.5 ਇਹ ਲੋਕ
XUV500 वाइट कलर दे विच लुधियाना नंबर आ। ये कार तुहानू मिलूगी 10,35,000 दे विच। ठीक है जी। हाँ जी, ते उस तो अगे गल करिए टाटा हैरियर आ गई। टाटा हैरियर कितना मॉडल है भाई? यह 19 मॉडल है जी। ठीक है जी। फर्स्ट ओनर आ, फुल इंश्योरेंस आ, पेड नंबर आ, PV07 हुशियारपुर का नंबर आ, XZ आ जाती है। XZ सब तो टॉप मॉडल है, जिसके 10 एयरबैग्स आ जाते हैं। ठीक है जी। तो 19 मॉडल दे लास्ट दिसंबर की कार आ ये जी। अज कार सिर्फ तो सिर्फ यह देवे जी 11,70,000 दे। ठीक है जी। तो नैक्सट अगे भाई XUV500 आ गई, ये कितना मॉडल आ गई? यह 17 मॉडल आ। ठीक है ये जी। भी नवी शेप आ गई। AW9 आ गई जी। ठीक है, संदरूफ वाली आ, मैनुअल ट्रांसमिशन दे विच आ। ठीक है जी। ते चली ये अप्रोक्सीमेटली 75,000 किलोमीटर। ठीक है जी। वधिया कार आ, वाइट कलर दे विच कार आ जी। इहदा नंबर हैगा वा जलंधर दा, PV08 नंबर आ। ये जिहड़ी अज तुहानूं कार दे रहे हैं जी 10,15,000 दे विच। ठीक है जी। हाँ जी। ते अगे भाई हैक्सा आ गई टाटा दी, इह किन्ना मॉडल आ गई? इह हैक्सा 2019 मॉडल आ। ठीक है जी। दसंबर दी कार आ जी। ठीक है जी। फर्स्ट ओनर आ, पेड नंबर आ, आटोमैटिक ट्रांसमिशन दे विच आ। टाटा की कार आटोमैटिक ट्रांसमिशन दे विच बहुत ही ज्यादा जायज रेट ते सिर्फ ते सिर्फ 790 दे विच। इहदे विच इह खासियत आ, जे तुसी लोन कराना चाहुंदे हो फुल लोन करा सकदे हो। इवन की जे तुसी लोन करा के पेमेंट भी होर लैके जाना चाहुंदे हो पर उहदे विच इहदे ते ऑप्शन हैगी क्योंकि मार्केट तों इह बहुत जायज रेट ते दे रहे हैं। ठीक है जी। फीचर वाइज कार दे विच फीचर बहुत ने। पिछलियां सीट्स वास्ते तुसी जिद्दां तुसी देख सकदे हो महंगीआं कारां च फीचर हुंदे ने, कर्टन्स हुंदे ने, उदां इहदे च कर्टन्स आ जांदे ने, उत्थों कर्टन चक्के जांदे ने, आराम नाल कर्टन लगा के आराम नाल बैठ सकदे हो। ग्रे कलर दे विच कार आ। ठीक। चुनाई गल करिए फॉर्च्यून अपने किन्ना मॉडल आ गई? फॉर्च्यूनर यह 13 मॉडल है। ठीक है। भी ऑटोमेटिक ट्रांसमिशन दे विच आ। जिन्नियां यानी तुहानू कारां दिखा रहे हैं सारियां हॉट सेलिंग प्रोडक्ट ने। ठीक है जी। एक जरूर कापी ते पेन लै लो, एक रेट ट्राई करी चलो, रेट नोट करी चलो कि जिहड़े रेट मैं दस रहा मार्केट नालों जिदा सोशल मीडिया हैगा, OLX हैगा, फेसबुक हैगा, जिते भी तुसी ट्राई करो एक बार रेट कंफर्म करी चलो। मेरे रेट ते मार्केट दे रेटां दा डिफरेंस बहुत ज्यादा हैगा वा। प्लस तुहानू जिहड़ियां कारां दवांगे बेस्ट क्वालिटी दवांगे। ये भी जिहड़ी अज कार तुहानू दे रहे हां जी 13 मॉडल फॉर्चूनर आटोमैटिक फर्स्ट ओनर, नहीं तां फॉर्चूनर हो गई जां नीवे मॉडल दीआं कारां हो गईआं फर्स्ट ओनर घट मिलदीआं ने, सैकंड ओनर मिलदीआं ने। जिदां जिदां सीरियल वाइज नंबर वधी जाणगे जिदां सैकंड ओनर होगी थर्ड ओनर होगी उदां दा रेट डाउन हुंदे ने, पर जिहड़ियां फर्स्ट ओनर कारां ने उहदे थोड़े रेट वध हुंदे ने। पर इहदी करे कार आ तुहानूं बहुत ही ज्यादा जाय रेट ते देवांगे। इह तुहानूं सिर्फ ते सिर्फ 12,90,000 दे विच 13 मॉडल फॉर्चूनर फर्स्ट ओनर आटोमैटिक ट्रांसमिशन दे विच देवांगे। ते अग्गे भाई स्कॉर्पियो गल करिए, स्कॉर्पियो किन्ना मॉडल आ गई? इह भी आटोमैटिक आ जी। ठीक है। इह 2012 दिसंबर दी बिल परचा परचेजिंग 2013 दी सब तो टॉप एंड मॉडल आ जी। VLX वेरियंट आ जांदा जिहनूं। ठीक है जी। PV05 ਫਿਰੋਜ਼ਪੁਰ ਦਾ ਨੰਬਰ ਆ, ਵਾਈਟ ਕਲਰ ਦੇ ਵਿੱਚ ਆ, ਫਸਟ ਓਨਰ ਆ, ਦੋਨੋਂ ਚਾਬੀਆਂ ਨਾਲ ਆ, ਬਹੁਤ ਹੀ ਜ਼ਿਆਦਾ ਵੈਲ ਮੇਨਟੇਨ ਕਾਰ ਆ। ਠੀਕ ਹੈ ਜੀ। ਇਹ ਜਿਹੜੀ ਕਾਰ ਆ ਜੀ ਸਿਰਫ ਤੇ ਸਿਰਫ 5,25,000 ਰੁਪਏ ਦੇ ਵਿੱਚ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ SUV ਕਾਰ, 7-ਸੀਟਰ ਕਾਰ। ਇਸ ਬਜਟ ਦੇ ਵਿੱਚ 7-ਸੀਟਰ ਕਾਰ ਮੈਨੂੰ ਨਹੀਂ ਲੱਗਦਾ ਕੋਈ ਆਟੋਮੈਟਿਕ ਆਊਗੀ। ਠੀਕ ਹੈ। ਨੈਕਸਟ ਭਾਈ ਸਕੋਰਪੀਓ ਗੱਲ ਕਰੀਏ, ਇਹ ਆਪਣਾ ਕਿੰਨਾ ਮਾਡਲ ਆ ਗਈ? ਇਹ ਸਕੋਰਪੀਓ ਜੀ 2014 ਮਾਡਲ ਆ। ਠੀਕ ਹੈ ਜੀ। ਨਿਊ ਸ਼ੇਪ ਦੇ ਵਿੱਚ ਆ ਕਿਉਂਕਿ 14 ਦੇ ਵਿੱਚ ਪੁਰਾਣੀ ਸ਼ੇਪ ਤੇ ਨਵੀਂ ਸ਼ੇਪ ਦੋਨੋਂ ਸ਼ੇਪਾਂ ਆਈਆਂ ਨੇ। ਇਹ ਨਵੀਂ ਸ਼ੇਪ ਦੇ ਵਿੱਚ ਆ। ਸਕੋਰਪੀਓ ਤਾਂ ਆਲਵੇਸ ਹੀ ਔਨ ਡਿਮਾਂਡ ਰਹੀ ਆ, ਜਦੋਂ ਤੋਂ ਆਈ ਆ ਹੁਣ ਤੇ ਤੱਕ ਇਹਦੀ ਬੁਕਿੰਗ ਰਹੀ ਆ, ਬਲੈਕ ਰਹੀ ਆ, ਆਲਵੇਸ ਔਨ ਡਿਮਾਂਡ ਆ। ਇਹ ਵੀ ਜਿਹੜੀ ਕਾਰ ਆ ਤੁਹਾਨੂੰ ਸਿਰਫ ਤੇ ਸਿਰਫ 8,60,000 ਦੇ ਵਿੱਚ ਦਵਾਂਗੇ। ਠੀਕ ਹੈ ਜੀ। S8 ਵਾਈਟ ਕਲਰ ਦੇ ਵਿੱਚ ਫਸਟ ਓਨਰ ਸੈਕਿੰਡ ਓਨਰ ਕਾਰ ਜੀ। ਠੀਕ ਹੈ ਜੀ। ਕੰਡੀਸ਼ਨ ਅਕੋਰਡਿੰਗ ਦੇਖ ਲਓ ਕਾਫੀ ਵਧੀਆ ਵਾ। ਤੇ ਨੈਕਸਟ ਭਾਈ ਬ੍ਰੀਜ਼ਾ ਦੀ ਗੱਲ ਕਰੀਏ, ਬ੍ਰੀਜ਼ਾ ਕਿੰਨਾ ਮਾਡਲ ਆ ਗਿਆ? ਬ੍ਰੀਜ਼ਾ ਇਹ ਹੈਗੀ ਹੈ ਜੀ 17 ਮਾਡਲ ਦਸੰਬਰ ਦੀ ਕਾਰ, ਫਸਟ ਓਨਰ, ਫੁੱਲ ਇੰਸ਼ੋਰੈਂਸ, ZDI ਪਲੱਸ ਡੀਜ਼ਲ ਦੀ ਕਾਰ, ਸਿਰਫ ਤੇ ਸਿਰਫ 17,000 ਕਿਲੋਮੀਟਰ ਚੱਲੀ ਹੋਈ ਕਾਰ। ਬੰਪਰ ਵੀ ਜਿਹਦੇ ਰੀਪੇਂਟ ਨਹੀਂ ਹੈਗੇ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਹਜੇ ਤੱਕ ਟਾਇਰ ਨਾਲ ਦੇ ਹੀ ਨੇ, 2017 ਦੇ ਮਾਰਕਾਂ ਨੇ, 2017 ਦੇ ਹੀ ਟਾਇਰ ਨੇ। ਦਸੰਬਰ ਦੀ ਕਾਰ ਆ, ਫਸਟ ਓਨਰ, ਫੁੱਲ ਇੰਸ਼ੋਰੈਂਸ, ਇਹ ਤੁਹਾਨੂੰ ਕਰ ਦੇਵਾਂਗੇ 8,25,000 ਰੁਪਏ ਦੇ ਵਿੱਚ। ਮਾਰਕੀਟ ਦੇ ਵਿੱਚ ਲੱਖ ਲੱਖ ਚੱਲੀਆਂ ਕਾਰਾਂ ਦੇ ਰੇਟ ਲੁੱਕੀ ਆ 8-8,00,000 ਰੁਪਏ ਮੰਗ ਰਹੇ ਨੇ ਟੌਪ ਮਾਡਲ ਦਾ। ਤੁਹਾਨੂੰ ਮੈਂ ਸਿਰਫ 17,000 ਚੱਲੀ ਕਾਰ ਦਾ ਰੇਟ 8,25,000 ਦੇ ਵਿੱਚ ਦੇ ਰਿਹਾ ਵਾਂ, ਬਹੁਤ ਜਾਇਜ਼ ਰੇਟ ਤੇ ਜੀ। ਤੇ ਨੈਕਸਟ ਭਾਈ ਕ੍ਰੇਟਾ ਦੀ ਗੱਲ ਕਰੀਏ, ਕ੍ਰੇਟਾ ਕਿੰਨਾ ਮਾਡਲ ਆ ਗਿਆ ਆਪਣੇ ਕੋਲ? ਕ੍ਰੇਟਾ ਜੀ 2016 ਮਾਡਲ ਦਸੰਬਰ ਦੀ। ਠੀਕ ਹੈ ਜੀ। ਬਿੱਲ ਪਰਚਾ ਪਰਚੇਜ਼ਿੰਗ ਰਜਿਸਟ੍ਰੇਸ਼ਨ 2017 ਦੀ, 17 ਤੋਂ 15 ਸਾਲ ਲਈ ਵੈਲਿਡ ਆ ਜੀ ਇਹ 32 ਤੱਕ ਦੀ। ਠੀਕ ਹੈ ਜੀ। ਤੇ ਇਹ ਵੀ ਕਿਹੜੀ ਕਾਰ ਆ, 1.4 ਦੇ ਵਿੱਚ ਆ, ਇਹ ਬੇਸ ਮਾਡਲ 1.4 ਦੇ ਵਿੱਚ ਆ, ਵਾਈਟ ਕਲਰ ਪਰ ਲੋਅਰ ਟਾਇਰ ਕੰਡੀਸ਼ਨ ਵਾਈਸ ਬਹੁਤ ਜ਼ਿਆਦਾ ਨਵੀਂ ਕਾਰ ਆ। ਠੀਕ ਹੈ ਜੀ। ਚੱਲੀ ਦੀ ਕਿਹੜੀ, ਸਿਰਫ ਅਪਰੋਕਸੀਮੇਟਲੀ ਮੇਰੇ ਖਿਆਲ 'ਚ ਇਹ ਚੱਲੀ ਹੋਣੀ ਹੈ ਕੋਈ 1,30,000-35,000 ਦਿੰਦੀ ਆ ਬੋਰਡ ਚੱਲੀ ਹੋਈ ਕਾਰ, ਜੋ ਵੀ ਹੋਊਗੀ ਜੈਨੂਇਨ ਹੋਊਗੀ ਦੱਸ ਕੇ ਦੇਵਾਂਗੇ। ਇਹ ਤੁਹਾਨੂੰ ਕਾਰ ਦੇਵਾਂਗੇ ਜੀ 7,40,000 ਦੇ ਵਿੱਚ। ਠੀਕ ਹੈ ਜੀ। ਇਕੋ ਸਪੋਰਟ ਦੀ ਗੱਲ ਕਰੀਏ, ਇਹ ਕਿੰਨਾ ਮਾਡਲ ਲੱਗੀ ਆਪਣੇ ਕੋਲ? ਇਹ 2017 ਮਾਡਲ ਇਕੋ ਸਪੋਰਟ ਆ, ਪੇਡ ਨੰਬਰ ਆ, 0023 ਨੰਬਰ ਆ, ਲੁਧਿਆਣਾ ਦਾ ਨੰਬਰ ਆ। ਠੀਕ ਹੈ ਜੀ। ਵੈਲ ਮੇਨਟੇਨ ਕਾਰ ਆ, ਫੁੱਲ ਇੰਸ਼ੋਰੈਂਸ ਆ, ਵਾਈਟ ਕਲਰ ਦੇ ਵਿੱਚ ਕਾਰ ਆ, ਟਿਟੇਨੀਅਮ ਪਲੱਸ ਆਪਸ਼ਨ ਆ ਜਾਂਦਾ ਜਿਹਦੇ ਵਿੱਚ
ਪੁਸ਼ ਬਟਨੇ ਦੇ ਵਿੱਚ ਆ ਜਾਂਦਾ, ਤੁਸੀਂ ਦੇਖ ਸਕਦੇ ਹੋ ਸੈਂਸਰ ਇਹਦੇ ਵਿੱਚ ਪੁਸ਼ ਬਟਨ ਆ ਜਾਂਦਾ ਵਾ। ਠੀਕ ਹੈ ਜੀ। ਤੇ ਇਹ ਵੀ ਜਿਹੜੀ ਅੱਜ ਕਾਰ ਤੁਹਾਨੂੰ ਦੇ ਰਹੇ ਹਾਂ ਸਿਰਫ ਤੇ ਸਿਰਫ 5.5 ਲੱਖ ਰੁਪਏ ਦੇ ਵਿੱਚ 2017 ਮਾਡਲ। ਮਾਰਕੀਟ ਟਰਾਈ ਕਰੋ, ਲੋਕੀ 6.5 ਪੌਣੇ 7 ਸਵਾ 6 ਇਹ ਰੇਟ ਦੇ ਵੇਚ ਰਹੇ ਨੇ, ਮੈਂ ਸਿਰਫ ਤੇ ਸਿਰਫ 5.5 ਦੇ ਵਿੱਚ ਦੇ ਰਿਹਾ। ਜਿਵੇਂ ਤੁਹਾਨੂੰ ਪਤਾ ਨਾ ਹੀ ਅਸੀਂ ਕੋਈ ਕਮਿਸ਼ਨ ਲੈਂਦੇ ਹਾਂ, ਨਾ ਹੀ ਕੋਈ ਆਰਸੀ ਟ੍ਰਾਂਸਫਰ ਦੇ ਕੋਈ ਵੀ ਚਾਰਜਸ ਹੁੰਦੇ ਨੇ, ਕੋਈ ਵੀ ਹਿਡਨ ਚਾਰਜਸ ਨਹੀਂ ਹੁੰਦੇ ਸਾਡੇ। ਇਹ ਕਰਦੇ ਹਾਂ ਤੁਹਾਨੂੰ ਜਿਹੜਾ ਇਹ ਸਟਾਕ ਅੱਜ ਥੋੜੀਆਂ ਜਿਹੀਆਂ ਕਾਰਾਂ ਦਾ ਦਿਖਾਇਆ ਵਾ, ਬਹੁਤ ਵਧੀਆ ਲੱਗਾ ਤੇ ਰੇਟ ਵਜੋਂ ਤੁਹਾਨੂੰ ਵਧੀਆ ਲੱਗਿਆ। ਜੇ ਤੁਹਾਡੇ ਕਿਸੇ ਵੀਰ ਭੈਣ ਭਰਾ ਨੇ, ਕੋਈ ਸੱਜਣ ਮਿੱਤਰ ਨੇ, ਕੋਈ ਬਾਹਰ ਨੇ, ਕੋਈ ਇੱਥੇ ਨੇ, ਕੋਈ ਵੀ ਕਾਰ ਲੈਣ ਦੇ ਇੱਛੁਕ ਹੈਗੇ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। 7 ਡੇਜ਼ ਓਪਨ ਆ ਲੁਧਿਆਣੇ ਦੇ ਵਿੱਚ, ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਸਾਡੇ ਤੋਂ ਕੋਈ ਵੀ ਕਾਰ ਦੀ ਇਨਕੁਆਇਰੀ ਲੈ ਸਕਦੇ ਹੋ। ਇੱਕ ਹੋਰ ਫੈਸਿਲਿਟੀ ਆ ਕਿ ਜੇ ਤੁਸੀਂ ਹੋਮ ਡਿਲੀਵਰੀ ਵੀ ਲੈਣਾ ਚਾਹੁੰਦੇ ਹੋ, ਫਰੀ ਆਫ ਕਾਸਟ, ਕੋਈ ਉਹਦਾ ਚਾਰਜਸ ਨਹੀਂ ਹੈਗੇ, ਤੁਸੀਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਘਰ ਦੇ ਵਿੱਚ ਉਹਦੀ ਹੋਮ ਡਿਲੀਵਰੀ ਲੈ ਸਕਦੇ ਹੋ। ਜੋ ਡਿਟੇਲ ਫੋਨ ਦੇ ਵਿੱਚ ਦੱਸੀ ਜਾਊਗੀ ਸੇਮ ਉਹੀ ਡਿਟੇਲ ਦੇ ਵਿੱਚ, ਸੇਮ ਡਿਟੇਲ ਦੇ ਵਿੱਚ ਤੁਹਾਡੇ ਘਰੇ ਉਹ ਡਿਲੀਵਰ ਹੋਊਗੀ। ਜੇ ਡਿਟੇਲ ਦੇ ਵਿੱਚ ਤੇ ਕਾਰ ਦੇ ਵਿੱਚ ਕੋਈ ਫਰਕ ਹੋਇਆ, ਤੁਸੀਂ ਕਾਰ ਲੈਣ ਤੋਂ ਰਿਜੈਕਟ ਕਰ ਸਕਦੇ ਹੋ, ਸਾਡੇ ਉਹਦੇ ਕੋਈ ਵੀ ਐਕਸਟਰਾ ਚਾਰਜਸ ਨਹੀਂ ਹੋਣਗੇ। ਲੋਨ ਫੈਸਿਲਿਟੀ ਵਿਦ ਇਨ 1 ਡੇ ਦੇ ਵਿੱਚ, 1 ਦਿਨ ਦੇ ਵਿੱਚ ਤੁਹਾਡੀ ਲੋਨ ਫੈਸਿਲਿਟੀ ਹੈਗੀ ਹੈ। ਪੂਰੇ ਪੰਜਾਬ ਦੇ ਵਿੱਚ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਹੋ ਲੋਨ ਤੁਸੀਂ ਕਰਵਾ ਸਕਦੇ ਹੋ ਸਾਡੇ ਤੋਂ, ਜਿਹਦੇ ਵਿੱਚ ਰਿਕੁਆਇਰਡ ਹੈਗੇ ਆਧਾਰ ਕਾਰਡ, ਪੈਨ ਕਾਰਡ, 6 ਮਹੀਨੇ ਦੀ ਬੈਂਕ ਸਟੇਟਮੈਂਟ ਤੇ ਤੁਹਾਡੇ ITR ਜਿਹਨੂੰ ਆਪਾਂ ਰਿਟਰਨਸ ਕਹਿੰਦੇ ਹਾਂ, ਬਸ ਇਹੀ ਚੀਜ਼ਾਂ ਰਿਕੁਆਇਰਡ ਹੁੰਦੀਆਂ ਨੇ। ਬਾਕੀ ਹੋਪਫੁਲੀ ਤੁਹਾਨੂੰ ਵੀਡੀਓ ਵਧੀਆ ਲੱਗੀ। ਬਾਕੀ ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਵਾਸਤੇ ਬਿਰਲਾ ਕਲਾਸੀ ਦੇ ਪੇਜ ਉੱਤੇ ਲਾਈਕ ਕਰਨਾ ਤੇ ਫੋਲੋ ਕਰਨਾ ਭੁੱਲਿਓ। ਮਿਲਦੇ ਹਾਂ ਨਵੀਂ ਕਾਰ ਦੇ ਨਾਲ, ਨਵੇਂ ਸਟਾਕ ਦੇ ਨਾਲ। ਸਤਿ ਸ਼੍ਰੀ ਅਕਾਲ।